मेरा नाम किरणदीप कौर पंजोला, पंजाब प्रधान आशा वर्कर ते फैसिलिटरी यूनियन। अज की तुसी क्यों प्रोटेस्ट कर रहे हो, की मंगा जी तुहाडी? देखो जिहड़ा अज लुधियाणे दे विच भारत चौंक है, ये सानू बंद करना पिया क्योंकि जिला प्रशासन वालों कोई मंग पत्र साडे कोल लैण नहीं पहुंचिया, जबकि असी पब्लिक नू परेशान नहीं करना चाहुंदे क्योंकि पब्लिक पहला ही सरकारां दीआं परेशान कीतीआं होईआं ने। असी तां सिर्फ ते सिर्फ मंग पत्र देना ते उदों तक साडा जिहड़ा जाम है वह जारी। मंग की है तुहाडी, मंग की है जी? साडी मेन मंग है हरियाणा पैटर्न पंजाब सरकार दवे, प्लस इनसेंटिव कीता जावे आशा वर्करां लई ते फैसिलिटरां लई, फिक्स 4000 रुपया प्लस इनसेंट टूर मनी किया जाए ते मिनीमम बेस डीसी रेट घट्टो घट 15000 रुपया लागू किया जाए, स्मार्टफोन दते जान कर्मचारियों की तरह, हादसा ग्रस्त वर्करा नू सहूलत दी जाए। जेकर साड़ी कोई सुनवाई ना होई तो असी जिहड़ा अगला प्रोग्राम है सूबे की कमेटी वालों मीटिंग की जाऊगी तो उस दे विच जिहड़ा संघर्ष है वह तिखा किया जाऊगा, उहदे विच ऐलान किया जाऊगा। मैडम जिहड़े आम लोग ने कहिंदे वी किते खाली थां ते प्रदर्शन करना चाहिए, आम लोगों ने परेशानी हो रही है? देखो आम लोग साढ़े नाल, असी उन्हां दीआं ही धीआं, उन्हां दीआं ही भैणां, उन्हां दीआं ही बच्चियां, क्योंकि असी दिन रात जिथे सेहत महकमे दे विच कड़ी दा काम कर रहे हैं उत्थे दिन रात असी कोविड दे विच काम कीते ने, घर घर गईआं, आम पब्लिक साढ़े नाल है। कोई भी पब्लिक यह नहीं कहूगी कि खाली थां दे विच, दिल्ली दे विच 8-8 महीने हो गए खाली थां दे विच बैठे, पर सरकारां इह साडी सुनवाई नहीं करदी। ਕਿੰਨੀ ਦੇਰ ਬੈਠੇ ਹੋਗੇ ਇੱਥੇ? ਜਦੋਂ ਤੱਕ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੰਗ ਪੱਤਰ ਲੈਣ ਨਹੀਂ ਆਉਂਦਾ ਉਦੋਂ ਤੱਕ ਅਸੀਂ ਇੱਥੇ ਬੈਠਾਂਗੇ, ਭਾਵੇਂ ਉਹ 5 ਵਜੇ ਸ਼ਾਮ ਨੂੰ ਆਵੇ, ਭਾਵੇਂ 2 ਮਿੰਟ ਦੇ ਵਿੱਚ ਮੰਗ ਪੱਤਰ ਲੈ ਜਾਵੇ, ਅਤੇ ਅਸੀਂ 19 ਦੇਰ ਇੱਥੇ ਬੈਠੇ ਹਾਂ। ਥੈਂਕ ਯੂ। ਮੇਰਾ ਬਬਲੀ ਆਸ਼ਾ ਵਰਕਰ ਹੈ। ਭਾਰਤਨਗਰ ਚੌਂਕ ਜਾਮ ਕੀਤਾ ਪਿਆ, ਆਮ ਲੋਕ ਪਰੇਸ਼ਾਨ ਹੋ ਰਹੇ ਜੀ। ਸਰ ਸਾਡੀਆਂ ਕੋਈ ਮੰਗ ਪੂਰੀ ਨਹੀਂ ਕੀਤੀ ਜਾਂਦੀ ਜਿਹਦੇ ਕਰਕੇ ਆਸ਼ਾ ਵਰਕਰ 24 ਘੰਟੇ ਡਿਊਟੀ ਕਰ ਰਹੀ ਹੈ, ਔਰ ਸਾਨੂੰ ਕੋਈ ਤਨਖਾਹ ਨਹੀਂ ਲਗਾਈ ਜਾ ਰਹੀ, ਸਾਨੂੰ ਇੱਕ ਇਨਸੈਂਟਿਵ 'ਤੇ ਰੱਖਿਆ ਜਾ ਰਿਹਾ ਜਿਹਦੇ ਕਰਕੇ ਸਾਨੂੰ ਅੱਜ ਰੋਡ ਜਾਮ ਕਰਨਾ ਪਿਆ, ਔਰ ਸਰਕਾਰ ਤਾਂ ਹਜੇ ਵੀ ਕੰਨ 'ਤੇ ਜੂਨ ਨਹੀਂ ਸਰ ਕਰੀ ਹੈ। ਜਿਹੜਾ ਘੜਾ ਫੋੜਿਆ ਜੀ, ਕਿਹਦਾ ਫੋੜਿਆ? ਇਹ ਅਸੀਂ ਸਰਕਾਰਾਂ ਲਈ ਫੋੜਿਆ ਕਿ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਆਸ਼ਾ ਵਰਕਰ ਸੜਕਾਂ 'ਤੇ ਬੈਠੀਆਂ ਨੇ ਘੜੇ ਫੋੜ ਰਹੀਆਂ ਨੇ, ਕਿ ਜਿਹਦੇ ਕਰਕੇ ਥੋੜ੍ਹਾ ਸਾਡੇ 'ਤੇ ਵੀ ਨਜ਼ਰ ਪਾਈ ਜਾਵੇ, ਵੀ ਸਾਡੇ 'ਤੇ ਵੀ ਕੋਈ ਸੈਲਰੀ ਲਗਾਈ ਜਾਵੇ, ਸਾਡੇ ਲਈ ਧਿਆਨ ਦਿੱਤਾ ਜਾਵੇ ਸਾਡੇ ਵਾਸਤੇ। ਕੀ ਲੱਗਦਾ ਕੋਈ ਖਾਲੀ ਥਾਂ ਚੁਣਨੀ ਚਾਹੀਦੀ ਹੈ ਰੋਡ ਜਾਮ ਕਰਨਾ, ਆਮ ਲੋਕ ਪਰੇਸ਼ਾਨ ਹੋ? ਸਰ ਅਸੀਂ ਹਰ ਜਗ੍ਹਾ ਡੀਸੀ ਦਫ਼ਤਰ, ਹਰ ਸ਼ਹਿਰ ਤੇ ਹਰ ਜਗ੍ਹਾ ਤੇ ਅਸੀਂ ਧਰਨੇ ਲਾਏ ਨੇ ਜਿੰਦੇ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ, ਸਾਨੂੰ ਹਾਰ ਕੇ ਚੌਂਕ ਜਾਮ ਕਰਨੇ ਸ਼ੁਰੂ ਕਰਨੇ ਪੈ ਗਏ। ਕੀ ਲੱਗਦਾ ਕੋਈ ਮੰਗ ਪੂਰੀ ਹੋਊਗੀ ਇੱਥੇ ਬੈਠ ਕੇ ਹੁਣ? ਜ਼ਰੂਰ ਜੀ, ਜੇ ਐਵੇਂ ਹੀ ਪਬਲਿਕ ਪਰੇਸ਼ਾਨ ਹੋਏਗੀ, ਸਾਡੇ ਅਸੀਂ 7-7, 8-8 ਸਾਲਾਂ ਤੋਂ ਬੈਠੇ ਹਾਂ, ਸਾਡਾ ਕੁਛ ਸੁਣਵਾਈ ਨਹੀਂ, ਕੋਈ 1 ਰੁਪਏ ਸੈਲਰੀ ਨਹੀਂ ਲਗਾਈ ਗਈ, ਕੋਈ ਕੋਈ ਸਾਨੂੰ ਰਜਿਸਟਰ ਐਂਟਰੀ ਨਹੀਂ ਹੁੰਦੀ ਹੈ ਹਾਜ਼ਰੀ, ਅਤੇ ਜਿਸ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ ਅਤੇ ਸਾਡੀ ਮੰਗ ਨੂੰ ਪੂਰੀ ਕੀਤਾ, ਸਾਨੂੰ ਇਨਸੈਂਟਿਵ 'ਤੇ ਨਾ ਰੱਖਿਆ ਜਾਵੇ। ਅਗਲਾ ਸੰਘਰਸ਼ ਅਸੀਂ ਕੈਪਟਨ ਦੀ ਕੋਠੀ ਪਟਿਆਲੇ 'ਚ ਜਿਹੜਾ ਮੋਤੀ ਮਹਿਲ ਆ ਉਸਦਾ ਘਰਾਓ ਕਰਾਂਗੇ, ਧੋਤ ਸਿੰਘ ਸਿੱਧੂ ਦੇ ਕੋਠੀ ਦਾ ਘਰਾਓ ਕਰਾਂਗੇ ਅਸੀਂ ਪੂਰੇ ਜ਼ੋਰਾਂ ਸ਼ੋਰਾਂ ਨਾਲ। ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਮਨੋਜ ਸਿੰਘ ਹੈ, ਮੇਰਾ ਪਿੰਡ ਘੁੱਗਾ, ਪੁਲਿਸ ਸਟੇਸ਼ਨ ਭੋਗਪੁਰ ਹੈ, ਜ਼ਿਲ੍ਹਾ ਜਲੰਧਰ ਹੈ। ਕਿੱਥੇ ਜਾਣਾ ਜੀ? ਮੈਂ ਬਹੁਤ ਜ਼ਰੂਰੀ ਕੰਮ PDS ਦਫ਼ਤਰ ਜਾ ਰਿਹਾ ਸੀ ਅਤੇ ਉੱਥੋਂ ਲੰਚ ਹੋਣ ਦਾ ਟਾਈਮ ਹੈ ਅਤੇ ਇੱਥੇ ਚੌਂਕ ਦੇ ਵਿੱਚ ਲੋਕਾਂ ਨੇ ਲਾਤਾ ਧਰਨਾ, ਕੀ ਇਹ ਆਮ ਪਬਲਿਕ ਨੂੰ ਤੰਗ ਕਰਕੇ ਇਹ ਮੰਗਾਂ ਪੂਰੀਆਂ ਹੋ ਸਕਦੀਆਂ? ਇਹਨਾਂ ਲੋਕਾਂ ਨੂੰ ਚਾਹੀਦਾ ਜਾ ਕੇ DC ਦਫ਼ਤਰ ਜਾਂ SSC ਦਫ਼ਤਰ ਜਾਂ ਸਿੱਖਿਆ ਦਫ਼ਤਰ ਜਿਹੜੇ ਵੀ ਉਹ ਲੋਕ ਹੈਗੇ ਆ ਉੱਥੇ ਜਾ ਕੇ ਬਹਿਣ, ਆ ਚੌਂਕ ਬੰਦ ਕਰਕੇ ਆਮ ਪਬਲਿਕ ਨੂੰ ਇੰਨਾ ਕੁ ਤੰਗ ਕਰਦੇ ਤਾਂ ਇੰਨੇ ਕੁ ਲੋਕ ਕਾਰਾਂ ਦੇ ਵਿੱਚ ਬੈਠੇ ਆ, ਕਿਸੇ ਦੇ ਕੋਲ ਤੇਲ ਹੀ ਉਹਨਾਂ ਕੋਲ ਹੁੰਦਾ ਆ ਕਾਰ ਸਟਾਰਟ ਰੱਖੇ ਦਾ, ਇੰਨੇ ਕਿਸੇ ਕੋਲ ਟਾਈਮ ਨਹੀਂ ਹੈਗਾ 1 ਮਿੰਟ ਦਾ ਵੀ, ਜਿਹੜਾ ਸਰਾਸਰ ਗਲਤ ਆ। ਜਿੰਨੇ ਵੀ ਇਹ ਲੋਕ ਆ ਫੜ ਕੇ ਇਹਨਾਂ ਦੇ ਪਰਚੇ ਕਰ ਦੇਣੇ ਚਾਹੀਦੇ, ਮੈਂ ਤਾਂ ਕਹਿੰਦਾ ਜਿਹੜਾ ਹਾਈਵੇ ਨੂੰ ਰੋਕਦਾ ਇਹਨਾਂ ਦਾ ਫਰਜ਼ ਬਣਦਾ, ਜਾਓ ਜਾ ਕੇ DC ਦਫ਼ਤਰ ਜਾਂ ਸਿੱਖਿਆ ਦਫ਼ਤਰ ਜਾਂ ਜਾਓ SSP ਦੇ ਕੋਲ, ਨੋਟ ਗੁੱਡ, ਇਹ ਠੀਕ ਨਹੀਂ ਕਿ ਆਮ ਪਬਲਿਕ ਨੂੰ ਤੰਗ ਕਰਕੇ ਨਹੀਂ ਉਹ ਕੁਛ ਲੈ ਸਕਦੇ, ਬੇਸ਼ੱਕ ਮੇਰੇ ਭੈਣ ਭਰਾ ਹੀ ਹੋਣ ਇਹਨਾਂ ਦੇ ਵਿੱਚ ਬੈਠੇ, ਜਿਹੜਾ ਕਿ ਸਰਾਸਰ ਗਲਤ ਆ ਲੋਕਾਂ ਨੂੰ ਤੰਗ ਕਰਕੇ। ਦੇਖੋ ਤੁਸੀਂ ਪਰ ਨਿਗਾਹ ਮਾਰੋ ਕਿੰਨੀ ਗੱਡੀ ਆ, ਕੋਈ ਬਿਮਾਰ ਬੈਠਾ, ਕੋਈ ਦਵਾਈ ਲੈਣ ਜਾ ਰਿਹਾ, ਕੋਈ ਕੁਛ ਕਰਨ ਜਾ ਰਿਹਾ, ਕੋਈ ਆਪਣੇ ਮੋਹਰੇ ਟਾਈਮ ਦੇ ਤੋਂ ਉਹ ਮਿਲਣ ਜਾ ਰਿਹਾ ਅਤੇ ਚੌਂਕ ਦੇ ਵਿੱਚ ਦੇਖੋ ਹੰਗਾਮਾ ਹੋ ਰਿਹਾ, ਕੀ ਇਹ ਠੀਕ ਹੈ? ਮੈਂ ਗੌਰਮੈਂਟ ਨੂੰ ਵੀ ਪੁੱਛਣਾ ਚਾਹੁੰਦਾ, ਆ ਆ ਤੁਹਾਡਾ ਕਾਨੂੰਨ, ਜਾਂ ਇਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੀ ਇੱਦਾਂ, ਜੇ ਕੋਈ ਮੰਗ ਮੰਨ ਲੈਂਦੀ ਹੈ ਤਾਂ ਬਹੁਤ ਵਧੀਆ ਗੱਲ ਆ, ਅਤੇ DC ਸਾਹਿਬ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀਆਂ ਮੰਗਾਂ ਮੰਨੇ, ਇਹਨਾਂ ਨੂੰ ਤੁਰੰਤ ਉੱਥੇ ਆਪਣੇ ਦਫ਼ਤਰ ਵਿੱਚ ਸੱਦ ਲਵੇ, ਸੋ ਕਿ ਮੈਂ ਨਹੀਂ ਇਹ ਚੰਗਾ ਨਹੀਂ ਸਮਝਿਆ ਜੋ ਵੀ ਹੋਇਆ, ਨੋਟ ਗੁੱਡ। Subscribe to our YouTube channel News DNN by clicking the bell icon. Don't forget to like, comment and share.